ਉਹੀ ਹਾਲਾਤ ਹੈ ਜਨਤਾ ਦੇ, ਤੁਹਾਨੂੰ ਮੈਂ ਸਾਰੇ ਖੁਸ਼ ਥੋੜੇ ਹੁੰਦੇ ਆ। ਮੋਦੀ ਸਾਹਿਬ ਨੇ ਮਾੜਾ ਕੰਮ ਤਾਂ ਕੀਤਾ ਨੀ, ਬਹੁਤ ਅੱਛਾ ਲੱਗਿਆ ਸਾਨੂੰ ਮੋਦੀ ਜੀ ਬਾਰੇ, ਮੋਦੀ ਜੀ ਨੂੰ ਦੇਖ ਕੇ ਖੁਸ਼ੀ ਇੰਨੀ ਮਿਲ ਗਈ ਸਾਡੇ ਦੇਸ਼ ਨੂੰ ਜਿੰਨਾ ਕਿ ਸਾਨੂੰ ਅਸੀਂ ਕਹਿ ਨਹੀਂ ਸਕਦੇ ਮੋਦੀ ਜੀ ਬਾਰੇ ਕੁਛ ਵੀ। ਇੱਕ ਵਾਰੀ ਬੀਜੇਪੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ, ਸਾਰੇ ਪਾਸੇ ਸੁਧਾਰ ਹੋਇਆ, ਸਾਡੇ ਫਗਵਾੜੇ ਦਾ ਇੰਨਾ ਸੁਧਾਰ ਹੋਇਆ ਹੱਦੋਂ ਵੱਧ। ਮੋਦੀ 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 ਸਾਰੇ ਜਗ੍ਹਾ ਚਾਹਦੇ ਜਗ੍ਹਾ ਮੋਦੀ ਮੋਦੀ। ਹਾਂਜੀ, ਕੀ ਨਾਮ ਹੈ ਜੀ? ਅਮਰਜੀਤ ਸਿੰਘ ਕੋਠੀ। ਅੱਜ ਮੋਦੀ ਜੀ ਆ ਰਹੇ ਹੁਸ਼ਿਆਰਪੁਰ, ਤੇ ਕਿਵੇਂ ਦੇਖਦੇ ਹੋ? ਦੇਖ ਲਓ ਜੀ, ਮਾਹੌਲ ਪੂਰੀ ਤਰ੍ਹਾਂ ਐਨ ਗਰਮ ਹੈ। ਹਾਂਜੀ ਹਾਂਜੀ, ਤੇ ਗਰਮੀ ਬਹੁਤ ਆ, ਤੁਸੀਂ ਛਬੀਲੀ ਪੀਣ ਦੇ? ਹਾਂਜੀ ਪੀਣੀ ਪੈਣੀ ਹੈ, ਤਾਂ ਹੀ ਚੱਲ ਰਿਹਾ। ਅੱਛਾ, ਹਾਂਜੀ ਮੈਂ ਪ੍ਰਧਾਨ ਹੈ ਜੀ ਹਲਕਾ ਚੱਪਿਆਲ ਦਾ, ਮੀਤ ਪ੍ਰਧਾਨ। ਠੀਕ ਹੈ ਜੀ, ਹਾਂਜੀ। ਕਿਵੇਂ ਦੇਖਦੇ ਉਹਨਾਂ ਦੀ ਕਾਰਗੁਜ਼ਾਰੀਆਂ ਨੂੰ ਲੈ ਕੇ? ਦੇਖੋ ਜੀ, ਕਾਰਗੁਜ਼ਾਰੀਆਂ ਨਾਲ ਜੋ ਕੰਮ ਹੋਏ ਆ ਤੁਹਾਡੇ ਸਾਹਮਣੇ ਹੀ ਆ, ਕੰਮ ਤਾਂ ਸੱਤਾ ਦੇ ਵਿੱਚ ਹੋਏ ਆ, ਫਿਰ ਦੇਸ਼ ਦਾ ਇੱਕ ਨੰਬਰ ਸ਼ਖਸ ਹੈ ਉਹ। ਮਨੂੰ ਹੁਸ਼ਿਆਰਪੁਰ ਵਾਸੀਆਂ ਦਾ ਕਹਿਣਾ ਕਿ ਸੋਮ ਪ੍ਰਕਾਸ਼ ਜੀ ਕਦੀ ਹੁਸ਼ਿਆਰਪੁਰ ਵੜੇ ਹੀ ਨਹੀਂ ਗਏ। ਨਹੀਂ, ਕੰਮ ਤਾਂ ਦੇਖੋ ਜੀ ਸਾਰੇ ਨਹੀਂ ਹੁੰਦੇ, ਲੋਕ ਸਾਰੇ ਠੇ ਉਸ ਰੁੱਸ ਦੀਆਂ ਵਿਰੋਧੀਆਂ ਪਾਰਟੀਆਂ ਦੁਆ ਕਰਦੀਆਂ, ਹੈਂ ਇਹ ਗੱਲਾਂ ਹੈ। ਕੰਮ ਤਾਂ ਠੀਕ ਆ, ਕੋਈ ਵੀ ਘਰ ਦੇ ਵਿੱਚ ਭਾਵਾਂ ਚਾਰ ਜੀ ਹੋਣ, ਉਹਨਾਂ ਦੇ ਆਪਣੇ ਰਾਹ ਹੁੰਦੇ ਆ, ਜੇ ਬੜਾ ਆਦਮੀ ਕਰਦਾ ਵੇ ਉਹੀ ਹਾਲਾਤ ਹੈ ਜਨਤਾ ਦੇ, ਤੁਹਾਨੂੰ ਮੈਂ ਸਾਰੇ ਖੁਸ਼ ਥੋੜ੍ਹੇ ਹੁੰਦੇ ਆ। ਮੈਂ ਇੰਨਾ ਕੁਛ ਕਹਿੰਦਾ ਛਮਾਂ ਦਾ ਜੱਜ ਕਹਾਂ ਭਾਅ ਜੀ। ਮੈਂ ਮਨਮੋਹਨ ਭੱਟੀ ਭਾਅ ਜੀ। ਕਿਵੇਂ ਦੇਖਦੇ ਅੱਜ ਮੋਦੀ ਸਾਹਿਬ ਆਏ? ਮੋਦੀ ਸਾਹਿਬ ਮਹਾਰਾਜ ਆਏ, ਬਹੁਤ ਵਧੀਆ, ਬਹੁਤ ਵਧੀਆ ਹੋਇਆ, ਬਹੁਤ ਵਧੀਆ ਹੋਇਆ ਭਾਅ ਜੀ। ਹਾਂਜੀ, ਬਹੁਤ ਵਧੀਆ ਆਇਆ। ਅਤੇ ਕਿਵੇਂ ਦੇਖਦੇ ਚੋਣ ਪ੍ਰਚਾਰ ਨੂੰ ਲੈ ਕੇ ਕਹਿਣਾ ਚਾਹੂੰਗਾ? ਚੋਣ ਪ੍ਰਚਾਰ ਤਾਂ ਇਹ ਹੋਇਆ ਜੀ, ਮੋਦੀ ਸਾਹਿਬ ਨੇ ਮਾੜਾ ਕੰਮ ਤਾਂ ਕੀਤਾ ਨਹੀਂ, ਬਾਕੀ ਪਬਲਿਕ ਦੀ ਆਪਣੀ ਮਰਜ਼ੀ, ਪਬਲਿਕ ਦੀ ਆਪਣੀ ਮਰਜ਼ੀ ਆ। ਸਹੂਲਤਾਂ ਬਥੇਰੀਆਂ ਦਿੱਤੀਆਂ, ਨਾ ਵਰਲਡ ਵਿੱਚ ਨਾ ਚਮਕਾ ਦਿੱਤਾ ਮੋਦੀ ਜੀ ਨੇ, ਬਾਕੀ ਉਹਨਾਂ ਦੀ ਇੱਛਾ ਪਬਲਿਕ ਦੀ। ਅਸੀਂ ਤਾਂ ਕਹਾਂਗੇ ਜੀ ਸਰਕਾਰ ਉਹ ਲਿਆਓ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ। ਹਾਂਜੀ ਸਰ, ਪਰ 5 ਸਾਲਾਂ ਦੇ ਵਿੱਚ ਇੱਕ ਵਾਰੀ ਪ੍ਰਧਾਨ ਮੰਤਰੀ ਦਾ ਦੌਰਾ ਆ ਰਿਹਾ ਹੁਸ਼ਿਆਰਪੁਰ ਦਾ, ਅਤੇ ਕੀ ਦੇਖਦੇ ਹੋ ਕਿ ਇਹਨਾਂ ਨੂੰ ਰੈਗੂਲਰ ਆਉਣਾ ਚਾਹੀਦਾ ਇੱਥੇ? ਦੇਖੋ ਜੀ, ਉਹ ਰੈਗੂਲਰ ਤਾਂ ਆਉਣਾ ਚਾਹੀਦਾ, ਪਰ ਰੈਗੂਲਰ ਆਉਣ ਕਿੱਦਾਂ? ਆਪਣਾ ਹਿੰਦੁਸਤਾਨ ਵੀ ਦੇਖਦੇ ਆ, ਬਾਹਰਲੇ ਮੁਲਕ ਵੀ ਦੇਖਦੇ ਆ ਉਹ, ਇਸ ਕਰਕੇ ਹਿੰਦੁਸਤਾਨ ਪੰਜਾਬ 'ਚ ਆਏ। ਬਹੁਤ ਵਧੀਆ ਮਸਲਾ ਮਾਹੌਲ ਆ, ਦੇਖੋ ਪਬਲਿਕ ਵੀ ਬਹੁਤ ਆ, ਪਬਲਿਕ ਦਾ ਵੀ ਅਸਰ ਆ, ਬਾਕੀ ਵੋਟਰ ਦਾ ਤਾਂ ਤੁਹਾਨੂੰ ਆਪ ਸਮਝਦਾਰ, ਵੋਟਰ ਦੀ ਮਰਜ਼ੀ ਕੀ ਹੁੰਦੀ ਆ। ਮੋਦੀ ਸਾਹਿਬ ਨੂੰ ਆਉਣਾ ਚਾਹੀਦਾ, ਪੰਜਾਬ ਬਾਰੇ ਸੋਚਣਾ ਚਾਹੀਦਾ, ਜੋ ਇਸ ਵੇਲੇ ਮਾਹੌਲ ਪੰਜਾਬ ਦੇ ਵਿੱਚ ਸਾਡੇ ਆ ਨਸ਼ਿਆਂ ਦਾ ਨਾ, ਮੋਦੀ ਸਾਹਿਬ ਇਹ ਖਤਮ ਕਰ ਦੇਣ ਤਾਂ ਜੰਨਤ ਆ ਜੀ, ਪੰਜਾਬ ਜੰਨਤ ਆ, ਸਵਰਗ ਆ। ਹਾਂਜੀ ਸਰ, ਮੈਨੂੰ ਕੀ ਨਾਮ ਹੈ ਜੀ? ਅੰਜਨਾ ਸ਼ਰਮਾ। ਹਾਂਜੀ ਅੰਜਨਾ ਜੀ, ਅੱਜ ਮੋਦੀ ਆਏ ਸੀਗੇ, ਤਾਂ ਕੀ ਤੁਸੀਂ ਉਹਨੂੰ ਫੋਲੋ ਕੀਤਾ ਜੀ? ਬਹੁਤ ਅੱਛਾ ਲੱਗਿਆ ਸਾਨੂੰ ਮੋਦੀ ਜੀ ਬਾਰੇ, ਮੋਦੀ ਜੀ ਨੂੰ ਦੇਖ ਕੇ ਖੁਸ਼ੀ ਇੰਨੀ ਮਿਲ ਗਈ ਸਾਡੇ ਦੇਸ਼ ਨੂੰ ਜਿੰਨਾ ਕਿ ਸਾਨੂੰ ਅਸੀਂ ਕਹਿ ਨਹੀਂ ਸਕਦੇ ਮੋਦੀ ਜੀ ਬਾਰੇ ਕੁਛ ਵੀ। ਮੋਦੀ ਜੀ ਵਰਗਾ ਕੋਈ ਵੀ ਨਹੀਂ ਹੈ ਵੈਸੇ ਤਾਂ। ਅੱਜ ਮੋਦੀ ਫੋਟੋ ਵੀ ਲੈ ਕੇ ਚੱਲ ਰਹੇ ਬਾਜ਼ਾਰ, ਉਹ ਅੱਛਾ ਲੱਗ ਰਿਹਾ ਸਾਨੂੰ ਮੋਦੀ ਜੀ ਸਾਡੇ ਨਾਲ ਜਾ ਰਹੇ ਨੇ, ਸਾਨੂੰ ਬਹੁਤ ਖੁਸ਼ੀ ਹੈ ਮੋਦੀ ਜੀ ਦੇ ਨਾਲ ਜਾ ਕੇ। ਸਾਨੂੰ ਰਾਮ ਮੰਦਿਰ ਜਿਹਨਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ, ਅਸੀਂ ਕਿਸੇ ਲਈ ਵੀ ਕਹਿ ਨਹੀਂ ਸਕਦੇ, ਗੁਰੂ ਜੀ ਦੀ ਕਿਰਪਾ ਨਾਲ। ਬਹੁਤ ਅੱਛਾ ਲੱਗਿਆ ਸਾਨੂੰ ਮੋਦੀ ਜੀ ਬਾਰੇ, ਸਾਨੂੰ ਮੋਦੀ ਜੀ ਮਿਲਣਾ ਸਾਡੇ ਸ਼ਹਿਰ 'ਚ, ਸਾਨੂੰ ਖੁਸ਼ੀ ਬਹੁਤ ਹੈ। ਅਤੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਕੰਮ ਅਸੀਂ ਬਹੁਤ ਵਧੀਆ ਕੰਮ ਕਰਦੇ, ਉਹ ਜਿੰਨਾ ਉਹ ਕੰਮ ਕਰਦੇ ਨੇ ਕੋਈ ਕਰ ਹੀ ਨਹੀਂ ਸਕਦਾ, ਉਹ ਕੁਛ ਸਾਲਾਂ ਬਾਅਦ ਮੋਦੀ ਮੋਦੀ ਹੀ ਹੋਣੀ ਹੈ ਹੁਣ। ਠੀਕ ਹੈ ਜੀ। ਹਾਂਜੀ ਸਰ, ਕੀ ਨਾਮ ਹੈ ਜੀ? ਹਾਂਜੀ ਰਜੀਵ ਕੁਮਾਰ ਸਰ। ਕਿਹੜੀ ਜਗ੍ਹਾ ਤੋਂ ਜੀ? ਸਰ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ ਤੋਂ ਅੱਜ ਮੋਦੀ ਸਾਹਿਬ ਆਏ ਸੀਗੇ, ਤਾਂ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹੋ ਮੁੜ ਕੇ? ਸਾਡੀ ਜ਼ਰੂਰ ਜੀ, ਸਾਡੇ ਬਹੁਤ ਹੀ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਹੋ ਗਏ, ਸਾਨੂੰ ਸਾਰਿਆਂ ਨੂੰ ਆਪਣੇ ਮਾਣ ਆ ਉਹਨਾਂ ਦੇ ਉੱਪਰ ਸਾਨੂੰ, ਕਿ ਬਾਕੀ ਕੰਮ ਤਾਂ ਉਹਨਾਂ ਨੇ ਤੁਹਾਨੂੰ ਪਤਾ ਕਿ ਪਹਿਲਾਂ ਵੀ ਬਹੁਤ ਅੱਛੇ ਕੀਤੇ ਕੰਮ ਉੱਥੇ ਵੀ, ਆਪਣੇ ਯੂਪੀ ਵੀ ਯੂਪੀ 'ਚ ਲਾ ਲਓ ਜਾਂ ਕਿਤੇ ਵੀ ਲਾ ਲਓ ਤੁਸੀਂ, ਨਾ ਕੰਮ ਬਹੁਤ ਵਧੀਆ ਕੀਤੇ ਆ। ਬਾਕੀ ਹੁਣ ਹੁਸ਼ਿਆਰਪੁਰ 'ਚ ਦੇਖਦੇ ਜੇ ਇਹਨਾਂ ਦੀ ਆਪਾਂ ਲੈ ਕੇ ਆਉਂਦੇ ਹਾਂ, ਬਾਕੀ ਦੇਖਦੇ ਹਾਂ ਆਪਾਂ ਨੂੰ ਜੇ ਇੱਥੇ ਇੱਕ ਚੰਗੇ ਉਮੀਦਵਾਰ ਨੇ ਬਣ ਕੇ ਦਿਖਾਉਣੇ ਕਰੀ ਆ ਕੇ ਸਾਰਿਆਂ ਨੂੰ ਕਰੀ, ਅਤੇ ਫਿਰ ਉਸ ਤੋਂ ਬਾਅਦ ਦੇਖੋ ਦੇਖਾਂਗੇ ਕਰੀ। ਇੱਕ ਵਾਰੀ ਸਰਕਾਰ ਸਾਨੂੰ ਜ਼ਰੂਰ ਲੈ ਕੇ ਆਉਣੀ ਚਾਹੀਦੀ, ਕਿਉਂਕਿ ਦੇਖੋ ਜੀ ਇੱਥੇ ਪਹਿਲਾਂ ਕਾਂਗਰਸ ਵੀ ਆ ਚੁੱਕੀ ਆ, ਇੱਥੇ ਪਹਿਲਾਂ ਹੁਣ ਆਮ ਆਦਮੀ ਹੈਗੀ ਆ, ਇਸ ਤੋਂ ਪਹਿਲਾਂ ਅਕਾਲੀ ਵੀ ਆ ਚੁੱਕੀ, ਇੱਕ ਵਾਰੀ ਬੀਜੇਪੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ। ਪਰ ਬੀਜੇਪੀ ਜਿਹੜੀ ਸਰਕਾਰ ਹੈ 10 ਸਾਲ ਹੋ ਗਏ ਆ, ਅਤੇ 3ਜੀ ਵਾਰੀ ਬਣਨ ਜਾ ਰਹੀ ਹੈ, ਤਾਂ ਕਿਵੇਂ ਦੇਖਦੇ ਹੋ ਜੀ?
ਦੇਖੋ ਜੀ, ਜਿਹੜਾ ਕੰਮ ਕਰੇਗਾ ਉਹ ਤਾਂ ਵਾਰ ਵਾਰ ਆਏਗਾ ਜੀ, ਇਹਦੇ ਵਿੱਚ ਤਾਂ ਸ਼ੋਰ ਹੀ ਹੈ ਨਾ ਜੀ। ਜਿਹੜਾ ਕੰਮ ਕਰੇਗਾ ਵਾਰ ਵਾਰ ਆਏਗਾ, ਜਿਹੜਾ ਕੰਮ ਨਹੀਂ ਕਰੇਗਾ ਉਹ ਪਿੱਛੇ ਹਟੇਗਾ। ਹਾਂਜੀ, ਕੀ ਨਾਮ ਹੈ ਜੀ? ਪਵਨ ਕੁਮਾਰ। ਕਿੱਥੋਂ ਆਏ ਤੁਸੀਂ ਅੱਜ? ਅੱਜ ਜੀ ਫਗਵਾੜੇ ਤੋਂ ਆਏ, ਖੋਥੜਾ ਪਿੰਡ। ਅੱਛਾ ਜੀ, ਹਾਂਜੀ। ਤੇ ਕਿਵੇਂ ਪਹੁੰਚਿਆ ਜੀ ਹੁਸ਼ਿਆਰਪੁਰ? ਹਾਂਜੀ, ਹੁਸ਼ਿਆਰਪੁਰ ਕਿਵੇਂ ਪਹੁੰਚੇ? ਬੱਸੇ। ਰਾਕੇਸ਼ ਜੀ, ਹਾਂਜੀ, ਕਿਹੜੀ ਜਗ੍ਹਾ ਤੋਂ ਆਏ ਹੋ? ਫਗਵਾੜੇ ਤੋਂ ਜੀ। ਅੱਛਾ ਜੀ, ਅੱਜ ਹੁਸ਼ਿਆਰਪੁਰ ਆਏ ਹੋ, ਨਰਿੰਦਰ ਮੋਦੀ ਜੀ ਆ ਰਹੇ। ਕਿਵੇਂ ਦੇਖਦੇ ਹੋ? ਮੋਦੀ ਨੂੰ ਦੇਖਾਂਗੇ, ਜਾ ਕੇ ਸੁਣਾਂਗੇ ਕੀ ਕਹਿੰਦੇ ਕੀ ਨਹੀਂ ਜੀ। ਉਹਨਾਂ ਦਾ ਵਿਚਾਰਾਂ ਤੋਂ ਪ੍ਰਭਾਵਿਤ ਹੋਵੋਗੇ ਫਿਰ? ਮੈਂ ਸਰ ਇਹ ਕਹਿਣਾ ਚਾਹੁੰਦਾ, ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਜਿੰਨੇ ਵੀ ਆਪਣੇ ਪੰਜਾਬ ਦੇ ਵਾਸੀ ਆ, ਮੋਦੀ ਜੀ ਨੂੰ ਜਿਤਾਓ ਤੇ ਉਹਨਾਂ ਨੂੰ ਲਿਆਓ। ਹਾਂਜੀ, ਕਿਹੜੇ ਕੰਮ ਨੂੰ ਦੇਦੇ ਆ ਕੰਮ ਵਧੀਆ ਕੀਤੇ ਗਏ ਮੋਦੀ ਜੀ ਦੇ? ਕੰਮ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਕੰਮ ਤੁਹਾਨੂੰ ਮਾੜੇ ਲੱਗੇ ਆ? ਸਾਰੇ ਪਾਸੇ ਸੁਧਾਰ ਹੋਇਆ, ਸਾਡੇ ਫਗਵਾੜੇ ਦਾ ਇੰਨਾ ਸੁਧਾਰ ਹੋਇਆ ਹੱਦੋਂ ਵੱਧ, ਜਿੰਨਾ ਕਹਿ ਦਈਏ ਸਾਡੀਆਂ ਗਲੀਆਂ ਦੇ ਵਿੱਚ ਇੱਥੇ ਗੋਡਿਆਂ ਗੋਡਿਆਂ ਤੱਕ ਪਾਣੀ ਚੱਲਿਆ ਫਿਰਦਾ ਸੀਗਾ, ਹੁਣ ਪੱਕੀਆਂ ਗਲੀਆਂ, ਪੱਕੇ ਘਰ, ਸਭ ਕੁਝ ਪੂਰੀ ਫੈਸਿਲਿਟੀ ਦਿੱਤੀ ਹੋਈ ਆ, ਸੀਵਰੇਜ ਦੀ, ਪਾਣੀ ਦੀ, ਹਰ ਚੀਜ਼ ਦੀ। ਫਗਵਾੜੇ 'ਚ ਸਾਡੇ ਇੰਨਾ ਸੁਧਾਰ ਕੀਤਾ ਮੈਡਮ ਨੇ ਹੱਦੋਂ, ਸੋਮ ਪ੍ਰਕਾਸ਼ ਜੀ ਨੇ ਬਹੁਤ ਜ਼ਿਆਦਾ, ਜਿੰਨਾ ਕਹਿ ਦਈਏ ਉਨਾ। ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਮੋਦੀ ਨੂੰ ਲਿਆਓ ਅਤੇ ਅਨੀਤਾ ਸੋਮ ਪ੍ਰਕਾਸ਼ ਜੀ ਨੂੰ ਜਿਤਾਓ। ਥੈਂਕ ਯੂ। ਕੀ ਨਾਮ? ਮੇਰਾ ਜੀ ਸੁਭਾਸ਼ ਕੁਮਾਰ, ਫਗਵਾੜੇ ਤੋਂ। ਹਾਂਜੀ, ਕੀ ਨਾਮ ਹੈ ਜੀ? ਦੀਪਕ। ਕਿਹੜੀ ਜਗ੍ਹਾ ਤੋਂ ਆਏ ਹੋ? ਫਗਵਾੜੇ ਜੀ। ਅੱਜ ਹੁਸ਼ਿਆਰਪੁਰ ਕਿਵੇਂ ਪਹੁੰਚੇ ਜੀ? ਇਹਦੇ ਸੁਭਾਸ਼ਨੀ ਕਹਿਤਾ ਨਾ, ਸੁਭਾਸ਼ਨੀ ਕਹਿਤਾ ਤਾਂ ਮੈਂ ਫਗਵਾੜੇ 'ਚ ਆਇਆ, ਸੋਮ ਪ੍ਰਕਾਸ਼ ਨੂੰ ਜਿਤਾਓ। ਹਾਂਜੀ। ਅੱਛਾ, ਮੋਦੀ ਜੀ ਨੂੰ ਕਿਵੇਂ ਦੇਖਦੇ ਹੋ ਜਾ ਰਹੇ ਹੋ? ਮੋਦੀ ਨੂੰ ਵੀ ਦਿਖਾਓ ਤੇ ਮੋਦੀ ਵੀ ਲਿਆਓ। ਸੁਣੋਗੇ ਸੁਣੋਗੇ ਵਿਚਾਰ ਉਹਨਾਂ ਦੇ? ਆਹੋ ਵਿਚਾਰ ਜੀ ਆਇਆ, ਆਹ ਦੇਖੋ ਬਣਾਏ। ਮੋਦੀ 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 ਸਾਰੇ ਜਗ੍ਹਾ, ਜਗ੍ਹਾ ਮੋਦੀ ਮੋਦੀ। ਸ਼ੁਕਰੀਆ, ਧੰਨਵਾਦ।